ਨਾਮਧਾਰੀ ਟੇਲਰਸ ਮੁਕਤਸਰ ਵਾਲੇ ਜੋ ਕਿ ਨੀਅਰ ਬਾਬਾ ਨਿਊਜ਼ ਏਜੰਸੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਨਾਮਧਾਰੀ ਟੇਲਰ ਅੱਜ ਦੇ ਟਾਈਮ ਵਿੱਚ ਇੱਕ ਬ੍ਰਾਂਡ ਬਣ ਚੁੱਕਾ ਹੈ ਜੋ ਕਿ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਹੂਲਤਾਂ ਦੇ ਰਿਹਾ ਹੈ। ਇੱਥੇ ਕੋਟ ਪੈਂਟ, ਪੈਂਟ ਸ਼ਰਟ, ਸਫਾਰੀ ਸੂਟ, ਨਹਿਰੂ ਜੈਕਟ, ਜੋਧਪੁਰੀ ਕੋਟ, ਸ਼ੇਰਵਾਨੀ, ਪਠਾਨੀ ਸੂਟ, ਆਲ ਸਟਾਈਲ ਕੁੜਤਾ ਪਜਾਮਾ ਅਤੇ ਹੋਰ ਵੱਖ ਵੱਖ ਤਰੀਕੇ ਦੀ ਫੈਸਿਲਿਟੀ ਮੌਜੂਦ ਹੈ। ਸਾਡੀ ਪੰਜਾਬ ਪਲੱਸ ਦੀ ਟੀਮ ਨੇ ਨਾਮਧਾਰੀ ਟੇਲਰ ਦਾ ਵਿਸ਼ੇਸ਼ ਦੌਰਾ ਕੀਤਾ। ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਝਲਕੀਆਂ 'ਤੇ। ਨਾਮਧਾਰੀ ਟੇਲਰਸ ਜਿਹੜਾ ਕਿ ਇੱਕ ਬ੍ਰਾਂਡ ਬਣ ਚੁੱਕਿਆ ਹੈਗਾ ਸਾਰੇ ਹਿੰਦੁਸਤਾਨ ਦੇ ਵਿੱਚ, ਔਰ ਜਿਹਦੀ ਰੀਜ਼ਨ ਹੈ ਉਹ ਮੁਕਤਸਰ ਤੋਂ ਹੋਈ ਹੈ। ਅਸੀਂ ਅੱਜ ਉਸ ਮੁਕਤਸਰ ਦੇ ਉਹ ਨਾਮ ਵੀਰ ਜੀ ਹੋਰਾਂ ਨਾਲ ਗੱਲ ਕਰ ਰਹੇ ਹਾਂ ਜਿੱਥੋਂ ਰੀਜ਼ਨ ਜਿੱਥੋਂ ਹੋਈ ਆ ਔਰ ਜਿਹਦੇ ਨਾਲ ਅੱਜ ਇਹ ਪੰਜਾਬ ਦੇ ਵਿੱਚ ਤਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਹੈਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੇ ਥਾਂ ਥਾਂ ਦੇ ਉੱਤੇ ਜਾ ਕੇ ਜਿਹੜਾ ਨਾਮਧਾਰੀ ਟੇਲਰ ਦੇ ਨਾਮ ਦੇ ਨਾਲ ਆਪਣੇ ਜਿਹੜੀਆਂ ਮੇਨ ਜਿਹੜੇ ਹੈਗੇ ਨੇ ਉਹ ਇਹਨਾਂ ਦੇ ਜਿਹੜੇ ਸ਼ੋਰੂਮਸ ਹੈਗੇ ਆ, ਜਿਸ ਤਰੀਕੇ ਨਾਲ ਇੱਥੇ ਮੁਕਤਸਰ ਹੈਗਾ, ਮੋਹਾਲੀ ਹੈਗਾ, ਜ਼ੀਰਕਪੁਰ ਹੈਗਾ, ਲੁਧਿਆਣੇ ਹੈਗਾ, ਉਹਨੂੰ ਵੀਰ ਜੀ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ। ਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਗੱਲ ਨੂੰ ਮੰਨੀਏ ਕਿ ਇਹ ਸੱਚੀ ਕਿਰਤ ਔਰ ਗੁਰੂ ਸਾਹਿਬ ਦੀ ਜਿਹੜਾ ਹੈਗਾ ਆਸ਼ੀਰਵਾਦ ਆ ਜਿਹਦੇ ਨਾਲ ਅੱਜ ਜਿਹੜਾ ਨਾਮਧਾਰੀ ਟੇਲਰ 'ਤੇ ਜਦੋਂ ਬੰਦਾ ਆਉਂਦਾ ਤਾਂ ਬੰਦੇ ਦੇ ਦਿਮਾਗ 'ਤੇ ਬੋਝ ਕੋਈ ਨਹੀਂ ਹੁੰਦਾ, ਉਹ ਆਰਾਮ ਨਾਲ ਆ ਕੇ ਖੜ੍ਹ ਜਾਂਦਾ, ਆ ਕੇ ਕਹਿੰਦਾ ਵੀ ਆਹ ਚੀਜ਼ਾਂ ਦੇ ਦਿਓ ਸਾਨੂੰ, ਆਹ ਕੁੜਤੇ ਪਾਮੇ ਦੇ ਦਿਓ, ਔਰ ਨਾ ਉਹਨੂੰ ਇਸ ਗੱਲ ਦੀ ਟੈਨਸ਼ਨ ਹੁੰਦੀ ਉਹਨੂੰ ਕੋਈ ਰੇਟ ਦੇ 'ਚ ਫਰਕ ਹੋਊਗਾ, ਨਾ ਉਹਨੂੰ ਇਸ ਗੱਲ ਦਾ ਲੱਗਦਾ ਹੁੰਦਾ ਵੀ ਇਸ ਚੀਜ਼ ਦੇ 'ਚ ਕੋਈ ਮੈਨੂੰ ਪ੍ਰੋਬਲਮ ਆਊਗੀ। ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਸਾਰੀ ਪਰਮਾਤਮਾ ਦੀ ਦੇਣ ਆ ਜੀ, ਉਹਨਾਂ ਦੀ ਕਿਰਪਾ ਨਾਲ ਸਾਰਾ ਕੰਮ ਚੱਲ ਰਿਹਾ ਅਤੇ ਸਾਡੇ ਬਜ਼ੁਰਗਾਂ ਨੇ ਕੰਮ ਸ਼ੁਰੂ ਕੀਤਾ 1953 'ਚ ਅਤੇ ਉਹਨਾਂ ਨੇ ਇਸ ਇਲਾਕੇ 'ਚ ਨਾਂ ਬਣਾਇਆ ਆਪਣਾ, ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਹਿਲਾ ਸ਼ੋਰੂਮ ਆਪਣਾ। ਔਰ ਵੀਰ ਜੀ ਜਿਸ ਤਰੀਕੇ ਦੇ ਨਾਲ ਜਿਸ ਟਾਈਮ ਦੇ ਉੱਤੇ ਉਹਨਾਂ ਨੇ ਸ਼ੁਰੂ ਕੀਤਾ ਉਦੋਂ ਇਹਨਾਂ ਚੀਜ਼ਾਂ ਨੂੰ ਲੋਕ ਇੰਨੀ ਮਤਲਬ ਤਰਜੀਹ ਨਹੀਂ ਦਿੰਦੇ ਸੀਗੇ, ਲੇਕਿਨ ਅੱਜ ਅਸੀਂ ਸਮਝਦੇ ਹਾਂ ਕਿ ਇੱਕ ਬ੍ਰਾਂਡ ਬਣ ਚੁੱਕਿਆ ਹੈਗਾ, ਕਿਸੇ ਨੇ ਮੈਰਿਜ ਕਰਨੀ ਆ ਤਾਂ ਉਹ ਕਹਿੰਦੇ ਯਾਰ ਨਾਮਧਾਰੀਆਂ ਜਾ ਵੜੋ ਭਾਈ, ਜਿਹੜੇ ਕੁੜਤੇ ਪਜਾਮੇ ਵਾਲਾ ਕੰਮ ਤਾਂ ਉੱਥੋਂ ਲਾ ਲਓ। ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਲੇ ਕੁੜਤੇ ਪਜਾਮੇ ਦੇ ਨਾਲ ਨਾਲ ਜਿਹੜੀਆਂ ਹੈਗੀਆਂ ਹੋਰ ਚੀਜ਼ਾਂ ਜਿੱਦਾਂ ਕੋਟ ਆ, ਸ਼ਰਟਸ, ਪੈਂਟਸ ਹੈਗੇ ਆ, ਉਹਨਾਂ ਦੀ ਵੀ ਬ੍ਰਾਂਡਿੰਗ ਜਿਹੜੀ ਤੁਸੀਂ ਕਰੋਗੇ? ਹਾਂਜੀ ਅਸੀਂ ਕੁੜਤਾ ਪਜਾਮਾ ਬਣਾ ਰਹੇ ਹਾਂ, ਸ਼ੇਰਵਾਨੀ ਬਣਾ ਰਹੇ ਹਾਂ, ਨਹਿਰੂ ਜੈਕਟ ਬਣ ਰਹੀ ਹੈ, ਕੋਟ ਪੈਂਟ ਬਣ ਰਿਹਾ, ਜੈਕਟ ਵਗੈਰਾ, ਪਠਾਨੀ ਸੂਟ, ਸਾਰਾ ਕੁਛ ਹੀ ਤਿਆਰ ਕਰੀਦਾ, ਹਰੇਕ ਤਰ੍ਹਾਂ ਦੀ ਵਰਾਇਟੀ ਆ ਆਪਣੇ ਕੋਲ, ਜੈਂਟਸ ਹੈਡ ਸਾਰਾ ਕੁਛ ਹੈਗਾ ਜੀ। ਹੁਣ ਜੈਂਟਸ ਦੇ ਵਿੱਚ ਜੋ ਵੀ ਆਈਟਮ ਆ ਸਾਡੇ ਕੋਲ ਕੋਈ ਬੰਦਾ ਕੁਛ ਮਰਜ਼ੀ ਤਿਆਰ ਕਰਾ ਸਕਦਾ, ਜੈਂਟਸ ਦੇ ਲਈ ਹਰ ਵਰਾਇਟੀ, ਹਰ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ, ਹਰ ਤਰ੍ਹਾਂ ਦੇ ਡਿਜ਼ਾਈਨ, ਹਰ ਤਰ੍ਹਾਂ ਦਾ ਜੋ ਵੀ ਇੰਟਰਨੈਸ਼ਨਲ ਫੈਬਰਿਕ ਹੋਵੇ ਚਾਹੇ ਇੰਡੀਅਨ ਫੈਬਰਿਕ ਹੋਵੇ, ਹਰ ਚੀਜ਼ ਆਪਣੇ ਕੋਲ ਅਵੇਲੇਬਲ ਹੈ ਇਸ ਟਾਈਮ 'ਤੇ, ਆਪਾਂ ਬਣਾ ਕੇ ਦੇ ਰਹੇ ਹਾਂ ਅਤੇ ਆਪਣੇ ਬਹੁਤ ਕਸਟਮਰ ਬਹੁਤ ਸੈਟਿਸਫਾਈਡ ਨੇ ਆਪਣੇ ਤੋਂ, ਅੱਗੇ ਵੀ ਉਹ ਪ੍ਰਮੋਟ ਕਰ ਰਹੇ ਆ, ਸਾਰਿਆਂ ਨੂੰ ਦੱਸ ਰਹੇ ਆ, ਬਹੁਤ ਕਿਰਪਾ ਹੈ ਜੀ ਮਹਾਰਾਜ। ਵੀਰ ਜੀ ਜਿੱਦਾਂ NRI ਵੀਰਾਂ ਦੀ ਬਹੁਤ ਵੱਡੀ ਬੈਲਟ ਤੁਹਾਡੇ ਕੋਲ ਹੈਗੀ ਆ, ਔਰ ਨਾਮਧਾਰੀ ਦੇ ਵਿੱਚ ਵੀ ਆਪਣੇ ਜਿਹੜੇ ਹੈਗੇ ਆ ਬਹੁਤ ਵੀਰ ਜਿਹੜੇ ਹੈਗੇ ਆ ਭੈਣੀ ਸਾਹਿਬ ਦੇ ਨਾਲ ਜੁੜੇ ਹੋਏ ਔਰ ਨਾਮਧਾਰੀ ਸਮਾਜ ਨਾਲ ਜੁੜੇ ਬਾਹਰ ਰਹਿੰਦੇ ਨੇ, ਕੋਈ ਮੈਰਿਜ ਹੁੰਦੀ ਉਹਨਾਂ ਨੂੰ ਟੈਨਸ਼ਨ ਹੀ ਨਹੀਂ ਹੁੰਦੀ, ਉਹ ਕਹਿੰਦੇ ਫੋਨ ਕਰਦੇ ਨਾਮਧਾਰੀਆਂ ਨੂੰ, ਕਰਦਾ ਆਪਣੇ ਆਪ ਉੱਥੋਂ ਹੀ ਤੁਸੀਂ ਡਿਜ਼ਾਇਨ ਲੈ ਲੈਂਦੇ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਵੀਰ ਜੀ, ਆਪਣੇ ਨੈੱਟ ਤੋਂ ਡਿਜ਼ਾਇਨ ਜਿਹੜਾ ਵੀ ਕਸਟਮਰ ਦੀ ਡਿਮਾਂਡ ਹੁੰਦੀ ਹੈ ਆਪਾਂ ਉਹੀ ਡਿਜ਼ਾਇਨ ਤਿਆਰ ਕਰਕੇ ਦੇਈਦੇ ਕਸਟਮਰ ਨੂੰ, ਇਹਦੇ ਨਾਲ ਸੈਟਿਸਫਾਈ ਹੁੰਦਾ ਕਸਟਮਰ, ਨਵੇਂ ਤੋਂ ਨਵੇਂ ਡਿਜ਼ਾਇਨ ਜਿਹੜਾ ਵੀ ਆਉਂਦਾ ਆਪਾਂ ਤਿਆਰ ਕਰਕੇ ਦਿੰਦੇ ਕਸਟਮਰ ਨੂੰ। ਵੀਰ ਜੀ ਜਿਸ ਤਰੀਕੇ ਨਾਲ ਯੰਗ ਬਲੇਡਡ ਦੀ ਪਸੰਦ ਜਿਹੜੀ ਹੈਗੀ ਆ, ਤੁਸੀਂ ਇਕੱਲਾ ਉਹ 1953 ਵਾਲਾ ਤਾਂ ਲਾਈ ਰਹੇ ਹੋ, ਉਹਦੇ ਨਾਲ ਨਾਲ ਨਵਾਂ ਨੈੱਟ ਤੋਂ ਚੀਜ਼ਾਂ ਲੱਭ ਰਹੇ ਹੋ, ਨਵੀਆਂ ਨਵੀਆਂ ਜਿਹੜੀਆਂ ਕ੍ਰੀਏਸ਼ਨਸ ਕਰ ਰਹੇ ਹੋ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਜੀ ਜਦੋਂ ਦਾ ਨਵਾਂ ਸ਼ੋਰੂਮ ਕੀਤਾ ਜੀ, ਇਹ ਤਾਂ ਮਹਾਰਾਜ ਦੀ ਕਿਰਪਾ ਨਾਲ, ਬਾਕੀ ਅੰਕਲ ਜੀ ਹੋਣਾਂ ਦਾ ਟੈਲੈਂਟ ਹੀ ਇੰਨਾ, ਇਹਨਾਂ ਦਾ ਐਕਸਪੀਰੀਅੰਸ ਇੰਨਾ, ਜਿਹੜੀ ਵੀ ਚੀਜ਼ ਉਹਨਾਂ ਦੇ ਸਾਹਮਣੇ ਸ਼ੋਅ ਕਰ ਦਿੰਦਾ ਕੋਈ ਆ ਕੇ, ਚਾਹੇ ਉਹ ਕੁਛ ਵੀ ਹੋਵੇ, ਕਿਤੋਂ ਵੀ ਲੱਭਿਆ ਹੋਵੇ, ਨੈੱਟ ਤੋਂ ਲੱਭਿਆ ਹੋਵੇ, ਚਾਹੇ ਕਿਤੋਂ ਬਾਹਰੋਂ ਲੱਭਿਆ ਹੋਵੇ, ਉਹ ਵੀ ਚੀਜ਼ ਬਿਲਕੁਲ A to Z ਸੇਮ, ਉਸ ਤੋਂ ਵੀ ਵਧੀਆ ਕੋਸ਼ਿਸ਼ ਕਰੀਦੀ ਹੈ ਕਿ 19 to 21 ਕਰਕੇ ਦਈਏ, ਉਹ ਬੰਦਾ ਹੋਰ ਸੈਟਿਸਫਾਈ ਹੋਊਗਾ, ਹੋਰ ਸਾਡਾ ਅੱਗੇ ਨਾਲੇ ਸਾਡਾ ਕਸਟਮਰ ਬੇਸ ਵਧੂਗਾ, ਅਸੀਂ ਜਿੰਨਾ ਕਸਟਮਰ ਨੂੰ ਸੈਟਿਸਫਾਈ ਕਰ ਸਕਦੇ ਹਾਂ ਵੱਧ ਤੋਂ ਵੱਧ ਕਰਕੇ ਉਹਨਾਂ ਨੂੰ ਖੁਸ਼ੀ, ਸਾਨੂੰ ਵੀ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਅਗਲਾ ਕਸਟਮਰ ਸਾਡੇ ਨਾਲ ਸੈਟਿਸਫਾਈ ਹੁੰਦਾ, ਉਹ ਅੱਗੇ ਮਾਊਥ ਆਫ ਵਰਡ ਉਹਨਾਂ ਦਾ, ਉਹ ਅੱਗੇ ਹੋਰ ਸਾਡੀ ਇੱਕ ਤਰ੍ਹਾਂ ਦੀ ਕਹਿ ਲਓ ਐਡਵਰਟਾਈਜ਼ਮੈਂਟ ਆਪੇ ਹੀ ਹੋ ਜਾਂਦੀ ਹੈ, ਜਦੋਂ ਅਸੀਂ ਕਸਟਮਰ ਨੂੰ ਖੁਸ਼ ਕਰਦੇ ਹਾਂ ਨਾਲੇ ਅਸੀਂ ਖੁਸ਼ ਹੁੰਦੇ ਹਾਂ, ਨਾਲੇ ਸਾਡੀ ਐਡਵਰਟਾਈਜ਼ਮੈਂਟ ਹੋ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਜਿਹੜਾ
ਕਸਟਮਰ ਹੈ ਇੱਥੇ, ਚਾਹੇ ਬੱਚਾ ਚਾਹੇ ਵੱਡਾ, ਕੋਈ ਮਰਜ਼ੀ ਆ ਜਾਵੇ, ਇੱਕੋ ਹੀ ਰੇਟ ਨੇ ਔਰ ਇੱਕੋ ਹੀ ਕੁਆਲਿਟੀ ਜਿਹੜੀ ਹੈਗੀ ਆ ਉਹ ਪ੍ਰੋਵਾਈਡਡ ਹੈਗੀ ਆ। ਇਹ ਨਹੀਂ ਹੈ ਵੀ ਕੋਈ ਬੱਚਾ ਆਜੂਗਾ ਜਾਂ ਵੱਡਾ ਆਜੂਗਾ ਜਾਂ ਦੂਜੀ ਏਰੀਆ ਆਜੂ ਤੀਜੀ ਏਰੀ, ਕਿਹੜਾ ਮਰਜ਼ੀ ਬੰਦਾ ਆ ਜਾਵੇ। ਕੀ ਇਹ ਤੁਸੀਂ ਫਿਕਸ ਵਾਲਾ ਜਿਹੜਾ ਹੈਗਾ ਕੰਸੈਪਟ ਆ ਉਹ ਕਿਵੇਂ ਕਰ ਰਹੇ ਹੋ? ਇਹ ਸਰ ਜੀ ਫਿਕਸ ਪ੍ਰਾਈਜ਼ ਰੱਖੇ ਹੋਏ ਜੀ, ਚਾਹੇ ਬੱਚਾ ਹੋਵੇ ਚਾਹੇ ਵੱਡਾ ਹੋਵੇ, ਲੇਡੀ ਹੋਵੇ ਜੈਂਟਸ ਹੋਵੇ, ਰੇਟ ਫਿਕਸ ਹੀ ਰੱਖੇ ਹੋਏ ਆ। ਮਾਰਕੀਟ ਤੋਂ ਅਸੀਂ ਸਭ ਤੋਂ ਪਹਿਲਾਂ ਸ਼ੋਰੂਮ ਆਪਣਾ ਦੇ ਮੁਕਤਸਰ ਦੀ ਐਂਟਰੀ ਕਰਦੇ ਜੀ, ਅਤੇ ਮੁਕਤਸਰ 'ਚ ਬਾਹਰ ਜਾਣ ਲੱਗਿਆ ਖੀਰਲਾ ਸ਼ੋਰੂਮ ਹੈ ਜੀ, ਠੀਕ ਹੈ ਜੀ। ਇਸ ਕਰਕੇ ਅਸੀਂ ਰੇਟ ਇੰਨੇ ਕੁ ਘੱਟ ਰੱਖੇ ਵੀ ਸਾਰਾ ਸ਼ਹਿਰ ਛੱਡ ਕੇ ਮਾਰਕੀਟ ਵਾਲਾ ਸਾਡੇ ਕੋਲ ਆਵੇ ਚੱਲ ਕੇ, ਉਹਨੂੰ ਕੰਮ ਵੀ ਵਧੀਆ ਕਰਕੇ ਦੇਈਦਾ ਅਤੇ ਕੱਪੜਾ ਵੀ ਬਿਆਨਾ ਰੇਟ ਸਸਤਾ ਕਰਕੇ ਦੇਈਦਾ ਜੀ। ਔਰ ਜਿਵੇਂ ਤੁਹਾਨੂੰ ਲੱਗਦਾ ਕਿ ਬਜ਼ੁਰਗਾਂ ਦੀ ਸੇਵਾ ਵੀ ਹੈ ਨਾਲ, ਕਿਉਂਕਿ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਹੀ ਹੁਣ ਬਹੁਤ ਖੁਸ਼ੀ ਹੁੰਦੀ ਆ ਜਦੋਂ ਤੁਹਾਡਾ ਇਹ ਬ੍ਰਾਂਡ ਜਿਹੜਾ ਹੈਗਾ, ਤੁਸੀਂ ਦੇਖੋ ਮਲਟੀਪਲ ਬ੍ਰਾਂਡ ਬਣ ਰਹੇ ਹੋ। ਪਹਿਲਾਂ ਤਾਂ ਭੈਣੀ ਸਾਹਿਬ ਦਾ ਜਿਹੜਾ ਨਾਮ ਸੁਣ ਕੇ ਬੰਦੇ ਨੂੰ ਵਿਸ਼ਵਾਸ ਆ ਜਾਂਦਾ, ਕਿਉਂਕਿ ਭੈਣੀ ਸਾਹਿਬ ਇੱਕ ਐਸੀ ਸਥਾਨ ਹੈ ਔਰ ਬਾਬਾ ਸਤਿਗੁਰੂ ਜੀ ਦਾ ਜੋ ਆਸ਼ਾ ਹੈਗਾ ਕਿ ਤੁਸੀਂ ਸ਼ੁੱਧਤਾ ਨਾਲ ਚੀਜ਼ ਜਿਹੜੀ ਕਰਨੀ ਹੈਗੀ ਆ। ਜਦੋਂ ਭੈਣੀ ਸਾਹਿਬ ਦਾ ਨਾਂ ਆਉਂਦਾ ਤਾਂ ਵਿਸ਼ਵਾਸ ਤਾਂ ਪਹਿਲਾਂ ਹੀ ਸੀਗਾ, ਪਰ ਤੁਸੀਂ ਨਾਮਧਾਰੀ ਟੇਲਰਸ ਨੇ ਹੋਰ ਜਿਹੜਾ ਹੈਗਾ ਆਪਣੇ ਨਾਲ ਜਿਹੜੇ ਲੋਕ ਜੀ ਜੋੜ ਲਏ ਹੈਗੇ ਆ, ਦੁਨੀਆਂ ਦਾ ਬਹੁਤ ਵੱਡਾ ਜਿਹੜਾ ਸਮੂਹ ਜੁੜ ਗਿਆ। ਹਾਂਜੀ, ਇਸ ਤਰ੍ਹਾਂ ਜੀ ਭੈਣੀ ਸਾਹਿਬ ਤਾਂ ਸਾਰੀ ਦੇਣ ਹੀ ਉਹਨਾਂ ਦੀ ਹੈ ਜੀ, ਕਿਉਂਕਿ ਆਪਣੇ ਪਿਤਾ ਜੀ ਜਿਹੜੇ ਆ ਸਾਰਾ ਮਾਨਤਾ ਉਹਨਾਂ ਦਾ ਭੈਣੀ ਸਾਹਿਬ ਹੀ ਹੈ, ਉਹਨਾਂ ਦੀ ਸਾਰਾ ਕਰਤਾ ਧਰਤਾ ਉਹਨਾਂ ਦੀ ਸੇਵਾ ਦੇ ਨਾਲ ਹੀ ਸਾਰਾ ਕੁਛ ਹੋ ਰਿਹਾ। ਉਹਨਾਂ ਦੀ ਦੌਲਤ ਹੀ ਅਸੀਂ ਇੰਨਾ ਕੁਛ ਅੱਗੇ ਵੱਧ ਰਹੇ ਹਾਂ, ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ, ਤਾਂ ਹੀ ਅਸੀਂ ਇੰਨਾ ਕੁ ਅੱਗੇ ਲੈ ਕੇ ਚੱਲ ਰਹੇ ਹਾਂ, ਅਤੇ ਹੋਰ ਵੀ ਅਸੀਂ ਬਹੁਤ ਅੱਗੇ ਜਾਣ ਦੀ ਹੈਗੀ ਆ ਮਨੋਕਾਮਨਾ, ਪਰਮਾਤਮਾ ਪੂਰੀ ਕਰੂਗਾ। ਵੀਰ ਜੀ, ਤੁਸੀਂ ਹਾਇਰ ਸਟੱਡੀਜ਼ ਲੈ ਕੇ ਵੀ ਇਸ ਫੀਲਡ ਦੇ ਵਿੱਚ ਆਏ ਹੋ, ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੇ ਲੋਕ ਹੈ ਡਿਫਰੈਂਟ, ਉਹਨਾਂ ਦਾ ਮਾਇੰਡ ਉਹ ਦੱਸੋ ਵੇਲੇ ਬਦਲ ਜਾਂਦਾ, ਉਹਨਾਂ ਮਾਇੰਡ ਨੂੰ ਧਿਆਨ 'ਚ ਰੱਖ ਕੇ ਤੁਸੀਂ ਜਿਹੜੇ ਹੈਗੇ ਡਿਜ਼ਾਈਨ ਤਿਆਰ ਕਰਨ? ਨਹੀਂ ਹਾਂਜੀ, ਇਹ ਤਾਂ ਹੈ ਨਾ ਜੀ, ਕਸਟਮਰ ਦੀ ਸੈਟਿਸਫੈਕਸ਼ਨ ਲਈ ਜੋ ਕਸਟਮਰ ਮੰਗੂਗਾ ਅਸੀਂ ਉਸੇ ਦੇ ਹਿਸਾਬ ਨਾਲ ਹੀ ਤਿਆਰ ਕਰਨਾ। ਜੇ ਉਹ ਸਾਡੇ ਕੋਲ ਕੋਈ ਵੀ ਚੀਜ਼ ਮੰਗਦਾ ਜਿਵੇਂ ਮੰਗਦਾ ਐਜ਼ ਇਟ ਇਜ਼ ਉੱਦਾਂ ਦੀ ਚੀਜ਼ ਉਹਨਾਂ ਨੂੰ ਤਿਆਰ ਕਰਕੇ ਦੇਣੀ ਪੈਂਦੀ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਸੋਚੀ ਵੀ ਨਹੀਂ ਹੁੰਦੀ ਚੀਜ਼, ਉਹ ਕਸਟਮਰ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੇ ਕਿੱਥੋਂ ਡਿਜ਼ਾਇਨ ਚੱਕ ਲੈਣਾ, ਕਿਉਂਕਿ ਇਸ ਟਾਈਮ ਇੰਟਰਨੈਟ ਦਾ ਜ਼ਮਾਨਾ ਜੀ, ਇੰਟਰਨੈਟ 'ਤੇ ਇੰਨਾ ਕੁ ਵਾਸਟ ਕੁਛ ਪਿਆ ਹੋਇਆ ਨਾ, ਇੰਨੇ ਡਿਜ਼ਾਇਨ ਇੰਨਾ ਕੁਛ ਪਿਆ ਹੋਇਆ, ਉਹਦਾ ਕੋਈ ਐਂਡ ਹੀ ਨਹੀਂ ਹੈਗਾ। ਉਹ ਫਿਰ ਜਿਹੜੀ ਚੀਜ਼ ਲੈ ਆਉਂਦੇ ਆ, ਪਰਮਾਤਮਾ ਦੀ ਕਿਰਪਾ, ਐਕਸਪੀਰੀਅੰਸ ਹੈ, ਨਾਮ ਹੈ, ਐਕਸਪੀਰੀਅੰਸ ਹੈ, ਸਾਰਾ ਕੁਝ ਬਹੁਤ ਵਧੀਆ, ਉਹ ਕਦੇ ਦਿੱਕਤ ਨਹੀਂ ਆਈ ਕਦੇ, ਚਾਹੇ ਉਹ ਕੁਛ ਮਰਜ਼ੀ ਲੈ ਆਉਣ, ਬਾਬੇ ਦੀ ਮਿਹਰ ਨਾਲ ਸਾਰਾ ਕੁਝ ਬੜਾ ਵਧੀਆ ਬਣਾ ਕੇ ਦੇਈਦਾ ਅਤੇ ਖੁਸ਼ ਹੋ ਕੇ ਜਾਂਦੇ ਜੀ। ਜਿੰਨੇ ਵੀ ਕੋਈ ਵੀ ਆਉਂਦਾ, ਚਾਹੇ ਯੰਗਸਟਰ ਆ ਜਾਣ, ਚਾਹੇ ਓਲਡ ਏਜ ਆ ਜਾਣ, ਚਾਹੇ ਕੋਈ ਵੀ ਆ ਜਾਵੇ, ਕੋਈ ਹਰੇਕ ਏਜ ਦੇ ਲੈਵਲ ਦੇ ਪਰਸਨ ਨੂੰ ਕਸਟਮਰ ਸਾਡੇ ਲਈ ਕਸਟਮਰ ਹੈ, ਕਸਟਮਰ ਚਾਹੇ ਛੋਟਾ ਹੈ ਵੱਡਾ, ਅਸੀਂ ਹਰੇਕ ਨੂੰ ਸੈਟਿਸਫਾਈ ਕਰਕੇ ਭੇਜਦੇ ਜੀ। ਥੈਂਕ ਯੂ।